ਸਤਿ ਸ਼੍ਰੀ ਅਕਾਲ ਜੀ ਮੈਂ ਹਮਰ ਤੁਸੀਂ ਵੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਅੱਜ ਤੋਂ ਬੰਦ ਹੋ ਜਾਣਗੇ ਪੁਰਾਣੇ ਏਟੀਐਮ ਕਾਰਡ ਹੁਣ ਸਿਰਫ ਚਿਪ ਵਾਲੇ ਕਲਾਸਿਕ ਮੈਸਟਰੋ ਕਾਰਡ ਹੀ ਚੱਲਣਗੇ 31 ਦਸੰਬਰ ਫਿਲਹਾਲ ਕਾਰਡ ਬਦਲਣ ਦੀ ਅਖੀਰੀ ਤਾਰੀਖ ਸੀ ਤੇ ਤੁਸੀਂ ਵੀ ਅੱਜ ਆਪਣਾ ਕਾਰਡ ਬਦਲਵਾ ਲਓ ਜੇ ਤੁਸੀਂ ਅਜੇ ਤੱਕ ਆਪਣਾ ਕਾਰਡ ਨਹੀਂ ਤਬਦੀਲ ਕੀਤਾ ਹੈ ਲਗਾਤਾਰ ਤੁਹਾਨੂੰ ਖਬਰیں ਦਿਖਾਰੇ ਅਸੀਂ ਨਵੇਂ ਕਾਰਡ ਨੂੰ ਲੈ ਕੇ ਲਗਾਤਾਰ ਇਹ ਜਾਣਕਾਰੀ ਜਨਤਾ ਕੀਤੇ ਕੀ ਪ੍ਰਸ਼ਾਸਨ ਦੇ ਵੱਲੋਂ ਤੇ ਬੈਂਕਾਂ ਵੱਲੋਂ ਵੀ ਉਪਰਾਲੇ ਕੀਤੇ ਗਏ ਕਿ ਲੋਕਾਂ ਨੂੰ ਇਹ ਜਾਣਕਾਰੀ ਦੇ ਕੇ ਵੱਧ ਤੋਂ ਵੱਧ ਇਸ ਸਹੂਲਤ ਲੋਕਾਂ ਨੂੰ ਪਹੁੰਚਾਈ ਜਾਵੇ ਫਿਲਹਾਲ ਤੁਸੀਂ ਅਜੇ ਵੀ ਬੈਂਕਾਂ 'ਚ ਜਾ ਕੇ ਸੰਪਰਕ ਸਾਥ ਸਕਦੇ ਹੋ ਤੇ ਆਪਣਾ ਕਾਰਡ ਤਬਦੀਲ ਕਰ ਸਕਦੇ ਹੋ ਹੁਣ ਚਿੱਪ ਵਾਲੇ ਕਲਾਸਿਕ ਬੈਸਟਰੋ ਕਾਰਡ ਹੀ ਚੱਲਣਗੇ 31 ਦਸੰਬਰ ਆਖਰੀ ਮਿਆਦ ਸੀਸਤੀ